ਹਾਂਜੀ ਪਿਆਰੇ ਬੱਚਿਓ ਨਮਸਕਾਰ ਅੱਜ ਆਪਾਂ ਗੱਲ ਕਰਾਂਗੇ ਜਮਾਤ ਤੀਜੀ ਪਾਠ ਨੰਬਰ 9 ਸਾਈਕਲ ਦੇ ਝੂਟੇ ਇਸ ਪਾਠ ਨੂੰ ਪੜ੍ਹਾਂਗੇ ਅਤੇ ਇਸ ਪਾਠ ਦੇ ਪ੍ਰਸ਼ਨ ਉੱਤਰ ਵੀ ਕਰਾਂਗੇ ਸਾਰੀ ਵੀਡੀਓ ਜਰੂਰ ਦੇਖਣੀ ਹੈ ਚੂਹਾ ਖਰਗੋਸ਼ ਤੇ ਕੁੱਤਾ ਤਿੰਨ ਦੋਸਤ ਸਨ ਇੱਕ ਵਾਰੀ ਉਹ ਇਕੱਠੇ ਘੁੰਮ ਰਹੇ ਸਨ ਅਚਾਨਕ ਉਹਨਾਂ ਦੀ ਨਜ਼ਰ ਸੜਕ ਕੰਡੇ ਖੜੇ ਇੱਕ ਸਾਈਕਲ ਉੱਤੇ ਪਈ ਉਹਨਾਂ ਸੋਚਿਆ ਕਿ ਕਿਉਂ ਨਾ ਅੱਜ ਅਸੀਂ ਮਿਲ ਕੇ ਝੂਟੇ ਲਈਏ ਖਰਗੋਸ਼ ਸਾਈਕਲ ਦੀ ਸੀਟ ਉੱਤੇ ਹੈਂਡਲ ਫੜ ਕੇ ਬੈਠ ਗਿਆ। ਉਹ ਪੈਡਲ ਮਾਰਨ ਲੱਗਾ। ਚੂਹਾ ਹੈਂਡਲ ਉੱਤੇ ਅਤੇ ਕੁੱਤਾ ਪਿਛਲੀ ਸੀਟ ਉੱਤੇ ਬੈਠ ਗਿਆ। ਸਾਈਕਲ ਛੜਕ ਉੱਤੇ ਚੱਲ ਪਿਆ। ਤਿੰਨੇ ਖੁਸ਼ੀ ਵਿੱਚ ਗਾਣੇ ਗਾਉਣ ਤੇ ਨੱਚਣ ਟੱਪਣ ਲੱਗੇ। ਅੱਜੇ ਕੁਝ ਹੀ ਦੂਰ ਗਏ ਸਨ। ਕਿ ਸਾਈਕਲ ਇੱਕ ਪੱਥਰ ਨਾਲ ਟਕਰਾ ਕੇ ਉਲਟ ਗਿਆ। ਤਿੰਨੇ ਉੱਛਲ ਕੇ ਦੂਰ ਜਾ ਡਿੱਗੇ ਤੇ ਲੱਗੇ ਚੀਕਾਂ ਮਾਰਨ। ਫਿਰ ਤਿੰਨਾਂ ਨੇ ਉੱਠ ਕੇ ਮਿੱਟੀ ਝਾੜੀ ਤੇ ਬੈਠ ਕੇ ਸੋਚਣ ਲੱਗੇ ਕਿ ਹੁਣ ਕੀ ਕਰੀਏ ਖਰਗੋਸ਼ ਕਹਿਣ ਲੱਗਾ ਮੈਂ ਬਹੁਤ ਬਲਵਾਨ ਹਾਂ ਮੈਂ ਜ਼ੋਰ ਲਾ ਕੇ ਸਾਈਕਲ ਸਿੱਧਾ ਕਰਦਾ ਹਾਂ ਉਹ ਸਾਈਕਲ ਨੂੰ ਸਿੱਧਾ ਕਰਨ ਲੱਗਾ ਪਰ ਸਾਈਕਲ ਸਰਕਿਆ ਤੱਕ ਨਾ ਚੂਹਾ ਕਹਿਣ ਲੱਗਾ ਤੂੰ ਪਾਸੇ ਹੋ ਮੈਂ ਸਿੱਧਾ ਕਰਦਾ ਹਾਂ ਚੂਹਾ ਵੀ ਜ਼ੋਰ ਲਾਉਣ ਲੱਗਾ ਪਰ ਸਾਈਕਲ ਆਪਣੀ ਥਾਂ ਤੋਂ ਹਿੱਲ ਨਹੀਂ ਸੀ ਰਹਾ ਦੂਰ ਬੈਠੇ ਕੁੱਤੇ ਨੇ ਕਿਹਾ ਇਹ ਇਕੱਲੇ ਇਕੱਲੇ ਤੋਂ ਸਿੱਧਾ ਨਹੀਂ ਹੋਣਾ ਤਿੰਨੇ ਰਲ ਕੇ ਜ਼ੋਰ ਲਾਉਂਦੇ ਹਾਂ ਤਿੰਨਾ ਨੇ ਰਲ ਕੇ ਜ਼ੋਰ ਲਾਇਆ ਅਤੇ ਸਾਈਕਲ ਸਿੱਧਾ ਹੋ ਗਿਆ ਹੁਣ ਵਾਰੀ ਸੀ ਸੜਕੋ ਵਿੱਚੋਂ ਪੱਥਰ ਪਾਸੇ ਹਟਾਉਣ ਦੀ ਐਤਕੀ ਫਿਰ ਸਭ ਤੋਂ ਪਹਿਲਾਂ ਖਰਗੋਸ਼ ਮੈਦਾਨ ਵਿੱਚ ਨਿਤਰਿਆ ਉਹ ਕਹਿਣ ਲੱਗਾ ਪੱਥਰ ਤਾਂ ਮੈਂ ਇਕੱਲਾ ਹੀ ਸੜਕ ਤੋਂ ਪਾਸੇ ਕਰ ਦੇਵਾਂਗਾ ਤੁਹਾਡੀ ਕਿਸੇ ਦੀ ਲੋੜ ਨਹੀਂ ਇਹ ਕਹਿ ਕੇ ਉਹ ਲੱਗਾ ਪੱਥਰ ਨੂੰ ੱਤਕਾ ਲਾਉਣ ਪੱਥਰ ਸੀ ਕੇ ਅੱਗੇ ਸਰਕੇ ਸਰਕੇ ਹੀ ਨਾ ਖਰਗੋਸ਼ ਥੱਕ ਕੇ ਬੈਠ ਗਿਆ ਹੁਣ ਚੂਹੇ ਨੇ ਛੇਕੀ ਮਾਰੀ ਵੱਡਾ ਪਹਿਲਵਾਨ ਮੈਂ ਤੈਨੂੰ ਪੱਥਰ ਪਾਸੇ ਹਟਾ ਕੇ ਦੱਸਦਾ ਹਾਂ ਹਾਈ ਸ਼ਾ ਕਹਿ ਕੇ ਚੂਹਾ ਕਹਿ ਕੇ ਲੱਗਾ ਚੂਹਾ ਪੱਥਰ ਨੂੰ ਧੱਕਣਾ ਪੱਥਰ ਆਪਣੀ ਥਾਂ ਤੋਂ ਪੂਰਾ ਵੀ ਨਾ ਸਰਕਿਆ ਕੁੱਤਾ ਦੋਹਾਂ ਦੀਆਂ ਹਰਕਤਾਂ ਨੂੰ ਧਿਆਨ ਨਾਲ ਦੇਖ ਰਿਹਾ ਸੀ ਵੇਖ ਰਿਹਾ ਸੀ ਉਹ ਆਪਣੀ ਥਾਂ ਤੋਂ ਉੱਠਿਆ ਤੇ ਬੋਲਿਆ ਗੱਲ ਸੁਣੋ ਇਹ ਹੀ ਇਕੱਲੇ ਇਕੱਲੇ ਤੋਂ ਨਹੀਂ ਹਟਣਾ ਆਓ ਪਹਿਲਾਂ ਮੰਗ ਤਿੰਨੇ ਰਲ ਕੇ ਜ਼ੋਰ ਲਾਈਏ ਤੇ ਪੱਥਰ ਨੂੰ ਪਾਸੇ ਹਟਾਈਏ ਤਿੰਨਾਂ ਨੇ ਰਲ ਕੇ ਜ਼ੋਰ ਲਾਇਆ ਉਹਨਾਂ ਨੇ ਪੱਥਰ ਨੂੰ ਪਾਸੇ ਹਟਾ ਦਿੱਤਾ ਹੁਣ ਤਿੰਨੇ ਬਹੁਤ ਖੁਸ਼ ਸਨ ਖਰਗੋਸ਼ ਫੇਰ ਗੱਦੀ ਉੱਤੇ ਬੈਠ ਕੇ ਸਾਈਕਲ ਚਲਾਉਣ ਲੱਗਾ ਚੂਹਾ ਹੈਂਡਲ ਉੱਤੇ ਅਤੇ ਕੁੱਤਾ ਟਪੂਸੀ ਮਾਰ ਕੇ ਪਿਛਲੀ ਸੀਟ ਉੱਤੇ ਬੈਠ ਗਿਆ ਹੁਣ ਫੇਰ ਤੋਂ ਉਹ ਤਿੰਨੇ ਉੱਚੀ ਉੱਚੀ ਗਾ ਰਹੇ ਸਨ ਤੇ ਨੱਚ ਟੱਪ ਰਹੇ ਸਨ ਕਿੰਨੇ ਮਜ਼ੇਦਾਰ ਸਨ ਇਹ ਸਾਈਕਲ ਦੇ ਝੂਟੇ ਹੁਣ ਪਿਆਰੇ ਬੱਚਿਓ ਆਪਾਂ ਇਸ ਦਾ ਪਾਠ ਵਿਆਸ ਕਰਾਂਗੇ ਪ੍ਰਸ਼ਨ ਉੱਤਰ ਵੀ ਕਰਾਂਗੇ ਸਭ ਤੋਂ ਪਹਿਲਾਂ ਸ਼ਬਦ ਅਰਥ ਕੰਡੇ ਕਿਨਾਰੇ ਨਿਤ੍ਰਿਆ ਸਾਹਮਣੇ ਆਇਆ ਮਜ਼ੇਦਾਰ ਆਨੰਦ ਭਰਪੂਰ ਪਹਿਲਵਾਨ ਕੁਸ਼ਤੀ ਖੇਡਣ ਵਾਲਾ ਬਲਵਾਨ ਤਾਕਤਵਰ ਛੇਕੀ ਫੜ ਮਾਰਨੀ ਸਰਕਿਆ ਹੇਲਿਆ ਟਪੂਸੀ ਛਾਲ ਹੁਣ ਸਾਡੇ ਕੋਲ ਅੱਗੇ ਪ੍ਰਸ਼ਨ ਹੈਗੇ ਨੇ ਮੌਖਿਕ ਪ੍ਰਸ਼ਨ ਚੂਹਾ ਕਿੱਥੇ ਬੈਠ ਗਿਆ ਤਾਂ ਬੱਚਿਓ ਚੂਹਾ ਕਿੱਥੇ ਬੈਠਿਆ ਸੀ ਚੂਹਾ ਹੈਂਡਲ ਉੱਤੇ ਬੈਠ ਗਿਆ ਨੰਬਰ 2 ਤਿੰਨੇ ਦੋਸਤ ਖੁਸ਼ੀ ਵਿੱਚ ਕੀ ਕਰਨ ਲੱਗੇ ਤਿੰਨੇ ਦੋਸਤ ਖੁਸ਼ੀ ਵਿੱਚ ਗਾਣੇ ਗਾਉਣ ਅਤੇ ਨੱਚਣ ਟੱਪਣ ਲੱਗੇ ਨੰਬਰ 3 ਪੱਥਰ ਹਟਾਉਣ ਲਈ ਸਭ ਤੋਂ ਪਹਿਲਾਂ ਕਿਸ ਨੇ ਕੋਸ਼ਿਸ਼ ਕੀਤੀ ਤੱਥਰ ਹਟਾਉਣ ਲਈ ਸਭ ਤੋਂ ਪਹਿਲਾਂ ਕੋਸ਼ਿਸ਼ ਕਿਸ ਨੇ ਕੀਤੀ ਸੀ ਖਰਗੋਸ਼ ਨੇ ਪੱਥਰ ਹਟਾਉਣ ਲਈ ਸਭ ਤੋਂ ਪਹਿਲਾਂ ਕੋਸ਼ਿਸ਼ ਖਰਗੋਸ਼ ਨੇ ਕੀਤੀ ਅੱਗੇ ਸਾਡੇ ਕੋਲ ਹੈਗਾ ਠੀਕ ਉੱਤਰ ਅੱਗੇ ਸਹੀ ਦਾ ਨਿਸ਼ਾਨ ਲਾਓ ਨੰਬਰ 1 ਤਿੰਨੇ ਦੋਸਤ ਸਾਈਕਲ ਉੱਤੇ ਤਿੰਨੇ ਦੋਸਤ ਸਾਈਕਲ ਕਿੱਥੇ ਚਲਾ ਰਹੇ ਸਨ ਕਿੱਥੇ ਚਲਾ ਰਹੇ ਸੀ ਬੱਚਿਓ ਸੜਕ ਉੱਤੇ ਤਾਂ ਤਿੰਨੇ ਦੋਸਤ ਸਾਈਕਲ ਸੜਕ ਉੱਤੇ ਚਲਾ ਰਹੇ ਸੀ ਨੰਬਰ 2 ਸਾਈਕਲ ਕਿਸ ਚੀਜ਼ ਨਾਲ ਟਕਰਾ ਗਿਆ ਸਾਈਕਲ ਕਿਸ ਚੀਜ਼ ਨਾਲ ਟਕਰਾ ਗਿਆ ਸੀ ਪੱਥਰ ਨਾਲ ਨੰਬਰ 3 ਸਭ ਤੋਂ ਪਹਿਲਾਂ ਪੱਥਰ ਹਟਾਉਣ ਦੀ ਕੋਸ਼ਿਸ਼ ਕਿਸ ਨੇ ਕੀਤੀ ਕਿਸ ਨੇ ਕੀਤੀ ਸੀ ਬੱਚਿਓ ਖਰਗੋਸ਼ ਨੇ ਨੰਬਰ 4 ਪਹਿਲਵਾਨ ਕਿਹੜੀ ਖੇਡ ਖੇਡਦਾ ਹੈ ਪਹਿਲਵਾਨ ਕਿਹੜੀ ਖੇਡ ਖੇਡਦੇ ਨੇ ਪਹਿਲਵਾਨ ਖੇਡਦੇ ਨੇ ਕੁਸ਼ਤੀ ਨੰਬਰ 5 ਸ਼ੇਖੀ ਮਾਰਨ ਤੋਂ ਕੀ ਪਾਬ ਹੈ ਸ਼ੇਖੀ ਮਾਰਨ ਤੋਂ ਪਾਬ ਹੈ ਫੜ ਮਾਰਨਾ ਠੀਕ ਸ਼ਬਦ ਚੁਣ ਕੇ ਖਾਲੀ ਥਾਵਾਂ ਭਰੋ ਉੜਾ ਖਰਗੋਸ਼ ਨੇ ਕਿਹਾ ਮੈਂ ਬਹੁਤ ਡੈਸ਼ ਹਾਂ ਕੀ ਹਾਂ ਬਲਬਾਨ ਅੜਾ ਡੈਸ਼ ਆਪਣੀ ਥਾਂ ਤੋਂ ਹਿੱਲ ਨਹੀਂ ਸੀ ਰਹਾ ਕਿਹੜੀ ਚੀਜ਼ ਆਪਣੀ ਥਾਂ ਤੋਂ ਹਿੱਲ ਨਹੀਂ ਸੀ ਰਹੀ ਸਾਈਕਲ ਈੜੀ ਤਿੰਨੇ ਨੇ ਰਲ ਕੇ ਡੈਸ਼ ਨੂੰ ਪਾਸੇ ਹਟਾ ਦਿੱਤਾ ਕਿਸ ਚੀਜ਼ ਨੂੰ ਪਾਸੇ ਹਟਾ ਦਿੱਤਾ ਪੱਥਰ ਨੂੰ ਸਸਾ ਤਿੰਨੇ ਉੱਚੀ ਉੱਚੀ ਡੈਸ਼ ਰਹੇ ਸਨ ਕੀ ਰਹੇ ਸਨ ਗਾ ਉਹ ਤੰਨੇ ਉੱਚੀ ਉੱਚੀ ਗਾ ਰਹੇ ਸਨ। ਹੇਠ ਲਿਖੇ ਪ੍ਰਸ਼ਨਾਂ ਦੇ ਉੱਤਰ ਲਿਖੋ। ਤਿੰਨ ਦੋਸਤ ਕੌਣ-ਕੌਣ ਸਨ? ਚੂਹਾ, ਖਰਗੋਸ਼ ਤੇ ਕੁੱਤਾ ਤਿੰਨ ਦੋਸਤ ਸਨ। ਅਡਾ ਸਾਈਕਲ ਕੌਣ ਚਲਾ ਰਿਹਾ ਸੀ? ਸਾਈਕਲ ਕੌਣ ਚਲਾ ਰਿਹਾ ਸੀ? ਖਰਗੋਸ਼। ਸਾਈਕਲ ਖਰਗੋਸ਼ ਚਲਾ ਰਿਹਾ ਸੀ। ਸਾਈਕਲ ਕਿਵੇਂ ਉਲਟ ਗਿਆ? ਸਾਈਕਲ ਇੱਕ ਪੱਥਰ ਨਾਲ ਟਕਰਾ ਕੇ ਉਲਟ ਗਿਆ। ਦੂਰ ਬੈਠੇ ਕੁੱਤੇ ਨੇ ਕੀ ਕਿਹਾ ਦੂਰ ਬੈਠੇ ਕੁੱਤੇ ਨੇ ਕਿਹਾ ਇਹ ਇਕੱਲੇ ਇਕੱਲੇ ਤੋਂ ਨਹੀਂ ਸਿੱਧਾ ਹੋਣਾ ਸਿੱਧਾ ਨਹੀਂ ਹੋਣਾ ਤਿੰਨੇ ਰਲ ਕੇ ਜ਼ੋਰ ਲਾਉਂਦੇ ਹਾਂ ਸਮਝੋ ਤੇ ਲਿਖੋ ਦੂਰ ਨੇੜੇ ਸਿੱਧਾ ਪੁੱਠਾ ਦੋਸਤ ਦੁਸ਼ਮਣ ਉੱਚੀ ਉੱਚੀ ਹੌਲੀ ਹੌਲੀ ਪਿਛਲੀ ਅਗਲੀ ਹੇਠ ਲਿਖੇ ਸ਼ਬਦਾਂ ਦੇ ਵਾਕ ਬਣਾਓ ਸਾਈਕਲ ਮੇਰੇ ਕੋਲ ਲਾਲ ਰੰਗ ਦਾ ਸਾਈਕਲ ਹੈ ਦੋਸਤ ਰਾਮ ਮੇਰਾ ਦੋਸਤ ਹੈ ਅਥਰ ਸਾਈਕਲ ਇੱਕ ਪੱਥਰ ਨਾਲ ਟਕਰਾ ਕੇ ਉਲਟ ਗਿਆ ਬਲਬਾਨ ਖਰਗੋਸ਼ ਆਪਣੇ ਆਪ ਨੂੰ ਬਲਬਾਨ ਸਮਝਦਾ ਸੀ ਟਪੂਸੀ ਕੁੱਤਾ ਟਪੂਸੀ ਮਾਰ ਕੇ ਸਾਈਕਲ ਦੀ ਪਿਛਲੀ ਸੀਟ ਉੱਤੇ ਬੈਠ ਗਿਆ ਬੋਲ ਲਿਖਤ ਅਧਿਆਪਕ ਬੱਚਾ ਨੂੰ ਆਪਣੇ ਆਪ ਬੋਲ ਅਤੇ ਬੱਚਿਆਂ ਨੂੰ ਆਪ ਬੋਲੇਗਾ ਅਤੇ ਬੱਚਿਆਂ ਨੂੰ ਦਿਖਣ ਲਈ ਕਹੇਗਾ ਠੀਕ ਹੈ ਬੱਚਿਓ ਤੁਸੀਂ ਲਿਖਣੇ ਨੇ ਇਹ ਸ਼ਬਦ ਤੁਸੀਂ ਹੋਰ ਸ਼ਬਦ ਵੀ ਲਿਖ ਸਕਦੇ ਹੋ ਤੁਹਾਡੇ ਅਧਿਆਪਕ ਦੀ ਮਦਦ ਵੀ ਲੈ ਸਕਦੇ ਹੋ ਮੈਂ ਬਹੁਤ ਬਲਵਾਨ ਹਾਂ ਇਹ ਸ਼ਬਦ ਤੁਸੀਂ ਲਿਖਣੇ ਨੇ ਖਰਗੋਸ਼ ਥੱਕ ਕੇ ਬੈਠ ਗਿਆ ਸਾਈਕਲ ਇੱਕ ਪੱਥਰ ਨਾਲ ਟਕਰਾ ਕੇ ਉਲਟ ਗਿਆ ਖਰਗੋਸ਼ ਪੈਡਲ ਮਾਰਨ ਲੱਗਾ ਤਿੰਨੇ ਹੁਣ ਤਿੰਨੇ ਬਹੁਤ ਖੁਸ਼ ਸਨ ਤਾਂ ਬੱਚਿਓ ਇਹ ਪਾਠ ਜਿਹੜਾ ਪੂਰਾ ਹੋ ਚੁੱਕਿਆ ਠੀਕ ਹੈ ਅਗਲੇ ਪਾਠ ਦੀ ਕਹਾਣੀ ਜਲਦ ਲੈ ਕੇ ਹਾਜ਼ਰ ਹੋਵਾਂਗੇ ਤੇ ਉਸ ਦੇ ਪ੍ਰਸ਼ਨ ਉੱਤਰ ਵੀ ਕਰਾਵਾਂਗੇ ਸਾਰੇ ਪਾਠਾਂ ਦੇ ਪ੍ਰਸ਼ਨ ਉੱਤਰ ਇਸ ਚੈਨਲ ਦੇ ਉੱਤੇ ਕਰਵਾਏ ਜਾ ਚੁੱਕੇ ਨੇ ਤੁਸੀਂ ਸਾਰੇ ਪਾਠਾਂ ਦੇ ਪ੍ਰਸ਼ਨ ਉੱਤਰ ਦੇਖਣੇ ਨੇ ਤਾਂ ਤੁਸੀਂ ਇਸ ਵੀਡੀਓ ਦੀ ਡਿਸਕ੍ਰਿਪਸ਼ਨ ਦੇ ਵਿੱਚ ਦਿੱਤੇ ਹੋਏ ਲਿੰਕ ਤੇ ਕਲਿੱਕ ਕਰਕੇ ਦੇਖ ਸਕਦੇ ਹੋ ਇਸ ਵੀਡੀਓ ਦੀ ਡਿਸਕ੍ਰਿਪਸ਼ਨ ਦੇ ਵਿੱਚ ਇੱਕ ਲਿੰਕ ਦਿੱਤਾ ਹੋਇਆ ਹੈ ਜਦੋਂ ਤੁਸੀਂ ਉਸ ਦੇ ਉੱਪਰ ਕਲਿੱਕ ਕਰੋਗੇ ਤਾਂ ਇੱਕ ਪਲੇਲਿਸਟ ਖੁੱਲੇਗੀ ਪਲੇਲਿਸਟ ਦੇ ਵਿੱਚ ਜਾ ਕੇ ਸਾਰੇ ਪਾਠਾਂ ਦੇ ਪ੍ਰਸ਼ਨ ਉੱਤਰ ਚੈਪਟਰ ਵਾਈਜ਼ ਇੱਕ ਪਾਠ ਅਨੁਸਾਰ ਦਿੱਤੇ ਗਏ ਨੇ ਸਾਰੇ ਪਾਠਾਂ ਦੇ ਪ੍ਰਸ਼ਨ ਉੱਤਰ ਤੁਸੀਂ ਦੇਖ ਸਕਦੇ ਹੋ ਉਹਨਾਂ ਨੂੰ ਕਾਪੀ ਉੱਪਰ ਨੋਟ ਕਰ ਸਕਦੇ ਹੋ ਅਤੇ ਉਹਨਾਂ ਨੂੰ ਫਿਰ ਯਾਦ ਕਰ ਸਕਦੇ ਹੋ ਅਗਲੀ ਵੀਡੀਓ ਜਲਦ ਲੈ ਕੇ ਹਾਜ਼ਰ ਹੋਵਾਂਗੇ ਧੰਨਵਾਦ